ਐਕਚੁਅਲੀ ਇੱਥੇ DMC ਦੇ ਬਾਹਰ ਜਿਹੜੀ ਪਾਰਕਿੰਗ ਆ ਉੱਥੇ ਆਲਰੇਡੀ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਜ਼ ਆ ਉਹ ਚੈੱਕ ਕਰਦੀਆਂ ਰਹਿੰਦੀਆਂ ਕਿਉਂਕਿ ਇੱਥੇ ਕਈ ਵਾਰੀ ਚੋਰੀ ਦੇ ਇੰਸੀਡੈਂਟ ਕਾਫੀ ਨਜ਼ਰ 'ਚ ਆਉਂਦੇ ਆ। ਸੋ ਕਾਂਸਟੇਬਲ ਦਵਿੰਦਰ ਸਿੰਘ ਆ ਜਿਹੜਾ DMC ਚੌਕੀ ਦੇ ਵਿੱਚ ਪੋਸਟਡ ਸੀਗਾ ਉਹ ਆਪਣੀ ਰੂਟੀਨ ਦੀ ਚੈਕਿੰਗ ਕਰ ਰਿਹਾ ਸੀ, ਉਹਨੂੰ ਕਿਸੇ 'ਤੇ ਸ਼ੱਕ ਪਿਆ ਔਰ ਉਹਨੇ ਉਹਨਾਂ ਨੂੰ ਜਦੋਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੰਦਾ ਜਿਹੜਾ ਸੀਗਾ ਦੌੜਨ ਲੱਗ ਗਿਆ। ਉਸ ਤੋਂ ਬਾਅਦ ਉਹਨੂੰ ਪਬਲਿਕ ਦੇ ਸਹਿਯੋਗ ਨਾਲ ਵੀ ਫੜ ਕੇ ਜਦੋਂ ਉਹਨੂੰ ਲੈ ਕੇ ਜਾਣ ਲੱਗਾ ਸੀਗਾ ਤਾਂ ਉਹਨੇ ਉਹਦੇ ਪੱਟ ਦੇ ਉੱਤੇ ਗੋਲੀ ਚਲਾ ਦਿੱਤੀ। ਕਾਂਸਟੇਬਲ ਦਵਿੰਦਰ ਸਿੰਘ ਆ ਔਰ ਠੀਕ ਆ ਬਿਲਕੁਲ ਕਾਂਸਟੇਬਲ, ਉਹ ਬੰਦੇ ਦੀ ਜਿਹੜੀ ਸਸਪੈਕਟ ਆ ਜਿਹੜਾ ਉਹਦੀ ਸਾਡੇ ਕੋਲ ਬੜੀ ਕਲੀਅਰ ਫੋਟੋਗ੍ਰਾਫ ਹੈਗੀ ਆ, ਉਹ ਅਸੀਂ ਸਰਕੂਲੇਟ ਕਰਾ ਕੇ ਹੁਣ ਫੜਾਂਗੇ ਜੀ। ਇੱਕੋ ਹੀ ਆ ਜੀ ਅਜੇ ਤੱਕ ਜੋ ਇਨਫੋਰਮੇਸ਼ਨ ਆ, ਦੋ ਆਲੇ ਦੁਆਲੇ ਸਾਰਿਆਂ ਨੇ ਦੱਸਿਆ ਹੈ ਉਹ ਦੋ ਬੰਦੇ ਸੀਗੇ ਜਿਹੜੇ ਸਸਪੈਕਟ ਸੀਗੇ। ਨਹੀਂ ਉਹ ਪਰਨਾ ਬੰਨਿਆ ਹੋਇਆ ਸੀ ਬੰਦੇ ਨੇ ਜਿਹੜਾ ਮੇਨ, ਉਹ ਹੁਣ ਚੈੱਕ ਕਰਾਉਂਦੇ ਹਾਂ ਜੀ ਮੋਟਰਸਾਈਕਲ ਜਿਹੜਾ ਉਹ ਕਬਜ਼ੇ 'ਚ ਲੈ ਲਿਆ ਜਿਹਦੇ ਮੋਟਰਸਾਈਕਲ 'ਤੇ ਆਏ ਸੀਗੇ, ਉਹਦੀ ਬੈਕਗਰਾਊਂਡ ਤੋਂ ਸਾਰਾ ਪਤਾ ਲੱਗ ਜਾਏਗਾ, ਪਲੱਸ ਉਹਨਾਂ ਦੀਆਂ ਫੋਟੋਗ੍ਰਾਫ ਬੜੀਆਂ ਕਲੀਅਰ ਆ ਉਸ ਬੰਦੇ ਦੀਆਂ, ਉੱਥੋਂ ਵੀ ਸਾਰਾ ਪਤਾ ਲੱਗ ਜਾਏਗਾ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97 817 71 820।